ਅੱਜ ਤੋਂ 37 ਸਾਲ ਪੁਰਾਣਾ ਐਗਰੀਮੈਂਟ, ਪਹਿਲਾਂ ਵਾਲੇ ਕਲਾਕਾਰ ਕਿੱਦਾਂ ਐਗਰੀਮੈਂਟ ਕਰਦੇ ਸੀ ਉਹ ਤੁਹਾਡੇ ਅੱਜ ਰੂਬਰੂ ਕਰਨ ਲੱਗਿਆ। ਇਹ ਐਗਰੀਮੈਂਟ ਸਰਦਾਰ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦਾ ਹੈ। ਬਹੁਤ ਹਿੱਟ ਜੋੜੀ ਸੀ, ਕਹਿੰਦੇ ਦਿਨ 'ਚ ਤਿੰਨ ਤਿੰਨ ਪ੍ਰੋਗਰਾਮ ਪੈਂਦੇ ਸੀ ਇਹਨਾਂ ਨੂੰ, ਤੇ ਲੋਕ ਕਹਿੰਦੇ ਵੀ ਡੇਢ ਡੇਢ ਸਾਲ ਵਿਆਹ ਨਹੀਂ ਕਰਦੇ ਸੀ ਵੀ ਭਾਈ ਥੋਤੋਂ ਪੁੱਛ ਕੇ ਤਰੀਕ ਰੱਖਾਂਗੇ, ਤੇ ਇੰਨਾ ਇੰਨੀ ਹਿੱਟ ਜੋੜੀ ਸੀਗੀ। 9/2/1986 ਜਾਣੀ 37 ਸਾਲ ਪੁਰਾਣਾ ਐਗਰੀਮੈਂਟ ਹੈ। ਇਕੱਲੀ ਇਕੱਲੀ ਲਾਈਨ ਪੜ੍ਹ ਕੇ ਤੁਹਾਨੂੰ ਸੁਣਾਵਾਂਗੇ ਵੀ ਕਿਵੇਂ ਕਿਵੇਂ ਹੁੰਦਾ ਸੀ ਨਾ। ਲੈ ਆਪਾਂ ਸ਼ੁਰੂ ਕਰਦੇ ਹਾਂ। ਚਮਕੀਲਾ ਅੱਜ ਕੱਲ੍ਹ ਫਿਲਮ ਵੀ ਚੱਲਦੀ ਹੈ ਨੈੱਟਫਲਿਕਸ ਤੇ, ਦਿਲਜੀਤ ਦੋਸਾਂਝ ਨੇ ਬਹੁਤ ਸੋਹਣਾ ਉਹ 'ਚ ਰੋਲ ਨਿਭਾਇਆ ਤੇ ਪ੍ਰੀਤੀ ਚੋਪੜਾ ਨੇ ਅਮਰਜੋਧਾ ਨਿਭਾਇਆ ਤੇ ਇਮਤਾਜ਼ ਅਲੀ ਦੀ ਅਗਵਾਈ ਹੇਠ ਇਹ ਫਿਲਮ ਬਣੀ ਹੈ। ਸਰਦਾਰ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਨੰਬਰ 5, ਨੰਬਰ 1 ਤੇ ਪ੍ਰੋਗਰਾਮ ਦੀ ਮਿਤੀ 14/3/1986, ਸਮਾਂ 12 ਵਜੇ ਬਰਾਤ, ਵੀ 12 ਵਜੇ ਬਰਾਤ ਆਊ ਜੀ। 3 ਨੰਬਰ ਤੇ ਲਿਖਿਆ ਵੀ ਬੁੱਕ ਕਰਵਾਉਣ ਵਾਲੇ ਦਾ ਨਾਮ ਬਹਾਦਰ ਸਿੰਘ ਸਨ ਆਫ ਜਗੀਰ ਸਿੰਘ, ਤੇ 4 ਨੰਬਰ ਤੇ ਜਿੱਥੋਂ ਬਰਾਤ ਜਾਣੀ ਹੈ ਪੱਖੋ ਕਲਾਂ, ਆ ਬਰਨਾਲੇ ਕੋਲ ਹੀ ਹੈ ਜੀ ਪੱਖੋ ਕਲਾਂ, ਜਿੱਥੇ ਪੁੱਜਣੀ ਹੈ ਕੋਟ ਧਰਮੂ, ਜਿੱਥੋਂ ਜਾਣੀ ਹੈ ਉਹ ਪੱਖੋ ਕਲਾਂ, ਜਿੱਥੇ ਪੁੱਜਣੀ ਹੈ ਉਹ ਕੋਟ ਧਰਮੂ, ਤੈਅ ਕੀਤੀ ਰਕਮ 4300 ਰੁਪਈਆ। ਉਹ ਬੱਲੇ ਬੱਲੇ ਬੱਲੇ, ਉਹਨਾਂ ਦਿਨਾਂ ਚ 4300 ਬਹੁਤ ਵੱਡੀ ਗੱਲਬਾਤ ਹੈ ਵੀ ਜਿਵੇਂ ਅੱਜ ਵਾਲੇ ਸੁਪਰ ਡੁਪਰ ਹਿੱਟ ਨੇ ਕਲਾਕਾਰ ਵੀ ਉਹ ਲੈਂਦੇ ਆ, ਉਹਦੇ ਹਿਸਾਬ ਨਾਲ ਲੈਂਦਾ ਸੀ 4300 ਬਹੁਤ ਵੱਡੀ ਗੱਲ ਹੈ। ਵੈਸੇ 4500 ਰੱਖਿਆ ਸੀ, ਚਲੋ ਕਈ ਵਾਰ ਬੰਦਾ ਹਨਾ ਵੀ ਅਪ ਡਾਊਨ ਹੋ ਜਾਂਦਾ, ਇੰਨਾ ਕੁ ਮੰਗਦੀ ਹੁੰਦੀ ਹੈ ਜੇ 10 ਲੱਖ ਮੰਗਿਆ ਕਲਾਕਾਰ ਨੇ ਤਾਂ ਠੁੱਟ ਚ ਆਈ ਜਾਂਦਾ। ਉਹ ਤੈਅ ਕੀਤੀ ਰਕਮ 4300 ਰੁਪਏ ਤੇ ਸਾਈ ਐਡਵਾਂਸ 200 ਰੁਪਈਆ, ਜਾਣੀ ਬਾਕੀ ਰਹਿ ਗਿਆ 7 ਨੰਬਰ ਤੇ 4100 ਰੁਪਏ ਸਟੇਜ ਸ਼ੁਰੂ ਹੋਣ ਤੋਂ ਪਹਿਲਾਂ ਲਏ ਜਾਣਗੇ। ਸਟੇਜ ਪ੍ਰੋਗਰਾਮ 2 ਘੰਟੇ ਪੇਸ਼ ਕੀਤਾ ਜਾਵੇਗਾ, ਠੀਕ ਹੈ ਜੀ। ਹੁਣ ਆਪਾਂ 9 ਨੰਬਰ ਤੇ ਆ ਜਾਓ, ਕਿਸੇ ਤਰ੍ਹਾਂ ਦੀ ਗੜਬੜ ਨੂੰ ਰੋਕਣ ਦੀ ਜ਼ਿੰਮੇਵਾਰੀ ਪ੍ਰੋਗਰਾਮ ਕਰਾਉਣ ਵਾਲਿਆਂ ਉੱਤੇ ਹੋਵੇਗੀ। ਜਿਹੜੇ ਬੰਦੇ ਪ੍ਰੋਗਰਾਮ ਕਰਨਗੇ, ਕੋਈ ਵੀ ਜੇ ਗੜਬੜ ਹੁੰਦੀ ਹੈ, ਲੜਾਈ ਝਗੜੇ, ਤਾਂ ਤੁਹਾਨੂੰ ਪਤਾ ਵੀ ਸ਼ੁਰੂ ਤੋਂ ਹੁੰਦੇ ਆਏ ਹਨਾ ਵਿਆਹਾਂ 'ਚ, ਪਹਿਲਾਂ ਵੀ ਹੁੰਦੇ ਸੀ ਹੁਣ ਵੀ ਹੁੰਦੇ ਆ, ਹੁਣ ਥੋੜ੍ਹੇ ਜਿਹੇ ਚਲੋ ਸਿਆਣੇ ਹੋ ਗਏ ਲੋਕ ਤਾਂ ਪਹਿਲਾਂ ਵੀ ਸਿਆਣੇ ਸੀ ਪਰ ਹੋ ਜਾਂਦਾ ਹੈ ਕੰਮ। ਮੀਂਹ ਹਨੇਰੀ ਜਾਂ ਹੋਰ ਕਿਸੇ ਕਾਰਨ ਆਰਟਿਸਟ ਤੈਅ ਕੀਤੀ ਰਕਮ ਲੈਣ ਦੇ ਹੱਕਦਾਰ ਹੋਵੇਗਾ, ਹੋਣਗੇ ਹਨਾ। ਮੀਂਹ ਆ ਗਿਆ, ਹਨੇਰੀ ਆ ਗਈ ਜਾਂ ਹੋਰ ਕੋਈ ਕਾਰਨ ਹੋ ਗਿਆ ਤਾਂ ਉਹ ਤੈਅ ਕੀਤੀ ਰਕਮ ਕਲਾਕਾਰ ਨੂੰ ਦੇਣੀ ਪੈਣੀ ਹੈ। ਤੇ ਅੱਗੇ ਆ ਜਾਓ ਜੀ, ਇਹ ਤਾਂ ਹੋ ਗਿਆ ਓਕੇ। ਫਿਰ ਆਪਾਂ 11 ਨੰਬਰ ਤੇ ਆ ਜਾਓ, ਗੱਡੀ ਦੀ ਖਰਾਬੀ ਜਾਂ ਬਿਮਾਰੀ ਕਾਰਨ ਨਾ ਪੁੱਜਣ ਤੇ ਆਰਟਿਸਟ ਜਵਾਬ ਦੇ ਨਹੀਂ ਹੋਣਗੇ, ਠੀਕ ਹੈ ਜੀ, ਬੰਦਾ ਸੇਫ ਹੋ ਗਿਆ ਇੱਥੇ ਹਨਾ। 12 ਨੰਬਰ ਤੇ ਆ ਜਾਓ ਜੀ, ਲਾਊਡ ਸਪੀਕਰ ਤੋਂ ਬਿਨਾਂ ਪ੍ਰੋਗਰਾਮ ਨਹੀਂ ਹੋਵੇਗਾ, ਠੀਕ ਹੈ ਜੀ। 13 ਨੰਬਰ ਤੇ ਕਿਸੇ ਕਿਸਮ ਦੇ ਝਗੜੇ ਦਾ ਫੈਸਲਾ ਲੁਧਿਆਣਾ ਕਚਹਿਰੀ ਵਿੱਚ ਹੋਵੇਗਾ। ਪੁਆਇੰਟ ਦੀ ਗੱਲ ਹੈ ਇਹ, ਮੰਨ ਲਓ ਕੋਟ ਧਰਮੋਂ ਬਰਾਤ ਗਈ ਹੈ, ਉੱਥੇ ਕੋਈ ਲੜਾਈ ਝਗੜਾ ਹੋ ਗਿਆ, ਉਦੋਂ ਬਾਅਦ ਪਾਤੜਾਂ ਗਈ ਹੈ, ਸੰਗਰੂਰ ਗਈ ਹੈ, ਕਿਤੇ ਵੀ ਲਾ ਲਓ ਆਪਾਂ ਤਰਨ ਤਾਰਨ ਗਈ ਹੈ, ਤਾਂ ਇਹਦਾ ਮਤਲਬ ਉੱਥੇ ਥੋੜਾ ਪੇਸੀਆਂ ਭੁਗਤਣ ਜਾਊਗਾ ਚਮਕੀਲਾ। ਉਹ ਕਹਿੰਦਾ ਵੀ ਨਹੀਂ, ਕਿਸੇ ਕਿਸਮ ਦਾ ਦੇ ਝਗੜੇ ਦਾ ਫੈਸਲਾ ਲੁਧਿਆਣਾ ਕਚਹਿਰੀ ਵਿੱਚ ਹੋਵੇਗਾ, ਕਿਉਂਕਿ ਦੁਗਰੀ ਨੇੜੇ ਪੈਂਦਾ ਤੇ ਲੁਧਿਆਣੇ ਉਹਨਾਂ ਦਾ ਦਫ਼ਤਰ ਸੀਗਾ। ਅੱਗੇ ਆ ਜਾਓ, ਸਪੈਸ਼ਲ ਇਨਾਮ ਅਤੇ ਆਨੰਦ ਕਾਰਜ ਦੇ ਇਨਾਮ ਕਲਾਕਾਰ ਦੇ ਹੋਣਗੇ, ਠੀਕ ਹੈ ਜੀ। ਉਹਨਾਂ ਟਾਈਮ ਜਿਹੜੀ ਜੋ ਵੀ ਹੁੰਦਾ ਹਨਾ, ਉੱਤੋਂ ਦੀ ਤਾਂ ਅੱਜ ਵੀ ਖੜਦੇ। ਚਲੋ, ਕਲਾਕਾਰ ਨਿਯਤ ਸਮੇਂ ਤੋਂ ਸਿਰਫ ਅੱਧਾ ਘੰਟਾ ਉਡੀਕਣਗੇ, ਜਾਣੀ 12 ਵਜੇ ਦਾ ਟਾਈਮ ਹੈ, ਜੇ ਤੁਸੀਂ ਨੇ ਬਰਾਤ ਲੇਟ ਕਰਤੀ 12:30 ਵਜੇ ਸ਼ੁਰੂ ਕਰੂਗਾ ਅਗਲਾ, ਚਾਹੇ ਜੋ ਵੀ ਅਗਲੇ ਨੇ ਮੁੜਨਾ ਹੁੰਦਾ ਨਾ। ਉਦੋਂ ਬਾਅਦ ਕੀ ਹੋ ਗਿਆ ਜੀ, ਸਟੇਜ ਤੋਂ ਚਾਨਣੀ ਲਗਵਾਉਣੀ ਜ਼ਰੂਰੀ ਹੋਵੇਗੀ ਸਟੇਜ ਤੇ, ਇਹ ਵੀ ਚਲੋ ਠੀਕ ਹੈ, ਗੁੱਡ ਹੈ। ਐਡਵਾਂਸ ਵਾਪਸ ਨਹੀਂ ਹੋਵੇਗਾ, ਇਹ ਨਹੀਂ ਹੁੰਦਾ ਹੁੰਦਾ, ਮੈਂ ਦੇਖਿਆ ਕਲਾਕਾਰਾਂ 'ਚ ਹੀ ਰਹਿੰਦੇ ਆਪਾਂ। ਐਡਵਾਂਸ 500 ਰੁਪਏ ਤੋਂ ਘੱਟ ਨਹੀਂ ਕੀਤਾ ਜਾਵੇਗਾ, ਚਲੋ ਉਹਨਾਂ ਨੇ 200 ਹੀ ਲਿੱਤਾ, ਹੋ ਜਾਂਦਾ ਪੜਾਉਣ, ਤਾਂ ਚਲੋ ਜਵਾਨਾਂ ਦੇ ਸੌਦੇ ਨੇ। ਉਪਰੋਕਤ ਲਿਖਤ ਮੁਤਾਬਕ
ਪ੍ਰੋਗਰਾਮ ਪੱਕਾ ਹੋਇਆ। ਠੀਕ ਹੈ ਜੀ। ਫਿਰ ਇਹਨਾਂ ਨੇ ਸਾਈਨ ਲਿੱਤੇ, ਜਿਹੜਾ ਬੰਦਾ ਬੁੱਕ ਕਰ ਗਿਆ ਬਹਾਦਰ ਸਿੰਘ, ਬੁੱਕ ਕਰਨ ਵਾਲੇ ਦੇ ਦਸਤਖਤ ਆ ਦੇਖ। ਠੀਕ ਹੈ ਜੀ। ਇੱਧਰ ਉਹਦਾ ਸਟੇਜ ਸੈਕਟਰੀ ਕਿਹੜਾ ਸੀਗਾ? ਸੋਰੀ ਲਓ ਜੀ, ਨੰਬਰਦਾਰ ਸੀ ਸ਼ਾਇਦ, ਹੈ ਨਾ, ਜਵੰਦਾ ਜਾਂ ਪਤਾ ਨਹੀਂ ਨੋਟੀ ਜਵੰਦਾ ਪਤਾ ਕੀ ਉਹ, ਸੋਰੀ ਪੁਰਾਣਾ ਕਰਕੇ ਹੈ ਜਿਹੜਾ ਨੰਬਰਦਾਰ ਸ਼ੋਰਟ ਚ ਪਤਾ। ਆਰਟੈਟ ਜਾਂ ਸੈਕਟਰੀ ਦੇ ਦਸਤਖਤ ਆ ਹੋ ਗਏ ਜੀ। ਲਓ ਜੀ, ਇਹ ਹੋ ਗਿਆ ਐਗਰੀਮੈਂਟ, ਤੁਹਾਨੂੰ ਦਿਖਾ ਤਾ। ਇਹ ਸਰਦਾਰ ਅਮਰ ਸਿੰਘ ਚਮਕੀਲੇ ਦਾ, ਬੀਬਾ ਅਮਰਜੀਤ ਕੌਰ ਅਮਰਜੋਤ ਕੌਰ ਦਾ ਇਹ ਸੀਗਾ ਐਗਰੀਮੈਂਟ। ਤੇ ਅੱਜ ਕੱਲ ਫਿਲਮ ਵੀ ਚੱਲਦੀ ਹੈ ਨੈਟਫਲੈਕਸ ਤੇ ਚਮਕੀਲਾ ਦੀ। ਤੇ ਵੱਡੀ ਗੱਲ ਤੇ ਹੈ ਵੀ ਦਲਜੀਤ ਨੇ ਬਿਲਕੁਲ ਡਿਟੋ ਕਾਪੀ ਹਾਂ ਰੋਲ ਨਿਭਾਇਆ, ਜਿਵੇਂ ਜਿੱਥੇ ਡਿੱਗਿਆ ਸੀ ਚਮਕੀਲਾ ਮੌਤ ਦੇ ਸਮੇਂ, ਜੋ ਜੋ ਉਹਨੇ ਐਕਸ਼ਨ ਕਰਦਾ ਸੀ, ਜਿੱਦਾਂ ਤੂੰ ਵੀ ਵਜਾਉਂਦਾ ਸੀ, ਅਮਰਜੋਤ ਨੇ ਵੀ ਉਵੇਂ, ਮਤਲਬ ਪ੍ਰੀਤੀ ਚੋਪੜਾ ਨੇ ਵੀ ਅਮਰਜੋਤ ਦਾ ਉਦਾਂ ਹੀ ਸੀਨ ਜਮਾ ਕਰਿਆ, ਮਿਹਨਤ ਕੀਤੀ ਹੈ, ਹਨਾ, ਬਹੁਤ ਵੱਡੀ ਗੱਲਬਾਤ ਹੈ। ਪਹਿਲਾਂ ਵੀ ਫਿਲਮ ਆਈ ਸੀ ਜੋੜੀ, ਪਰ ਆਇਆ ਸੀਗਾ ਵੀ ਨਹੀਂ ਯਾਰ ਜੋੜੀ ਚ ਨਹੀਂ ਗੱਲ ਨਹੀਂ ਬਣਨੀ, ਕਿਉਂਕਿ ਪੰਜਾਬ ਬਾਰੇ ਦਲਜੀਤ ਕਹਿੰਦਾ ਸੀ ਜਿੰਨਾ ਸਾਨੂੰ ਪਤਾ ਹੈ ਚਮਕੀਲੇ ਬਾਰੇ, ਆ ਹਿੰਦੀ ਵਾਲਿਆਂ ਨੂੰ ਕਿੱਥੇ ਪਤਾ ਹੋਣਾ, ਪਰ ਹਿੰਦੀ ਵਾਲਿਆਂ ਦੀ ਮਿਹਨਤ ਨੂੰ ਵੀ ਸਲਾਮ ਹੈ। ਇਹ ਐਗਰੀਮੈਂਟ ਹੈ ਜੀ, ਤੁਹਾਡੇ ਰੂਬਰੂ ਕੀਤਾ, ਕਈਆਂ ਨੂੰ ਨਹੀਂ ਪਤਾ ਹੋਣਾ, ਚਲੋ ਹਨਾ, ਜ਼ਰੂਰੀ ਨੌਲੇਜ ਜ਼ਰੂਰੀ ਸੀ ਪਿਛਲੇ ਜਿਹੜੇ ਕਲਾਕਾਰ ਕਿੱਦਾਂ ਐਗਰੀਮੈਂਟ ਕਰਦੇ ਸੀ। ਸੋ ਦੋਸਤੋ, ਇਹ ਸੀ ਅਮਰ ਸਿੰਘ ਚਮਕੀਲੇ ਦਾ ਉਸ ਮੌਕੇ, ਯਾਨੀ ਕਿ ਅੱਜ ਤੋਂ 37-38 ਸਾਲ ਪਹਿਲਾਂ 9-2-1986 ਦੇ ਵਿੱਚ ਹੋਇਆ ਇੱਕ ਵਿਆਹ ਵਾਲੀ ਪਾਰਟੀ ਦੇ ਨਾਲ ਐਗਰੀਮੈਂਟ। ਇਸ ਤਰ੍ਹਾਂ ਦੇ ਐਗਰੀਮੈਂਟ ਤੋਂ ਬਾਅਦ ਹੀ ਚਮਕੀਲਾ ਪ੍ਰੋਗਰਾਮ ਲਗਾਉਣ ਦੇ ਲਈ ਜਾਂਦਾ ਸੀ, ਕਿਉਂਕਿ ਚਮਕੀਲਾ ਬਹੁਤ ਵੱਡਾ ਨਾਮ ਸੀ, ਜਿਸਦੇ ਲਈ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਲੋਕ ਵਿਆਹਾਂ ਦੀਆਂ ਤਰੀਕਾਂ ਤੱਕ ਚਮਕੀਲੇ ਦੇ ਪ੍ਰੋਗਰਾਮ ਦੀ ਤਰੀਕ ਮਿਲਣ ਤੋਂ ਬਾਅਦ ਰੱਖਦੇ ਸੀ। ਇਹ ਤਾਂ ਸੀ ਚਮਕੀਲੇ ਦਾ ਰੁਤਬਾ ਉਸ ਸਮੇਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਜੋ ਕਿ ਇੱਕ ਵਾਰ ਫਿਰ ਤੋਂ ਸੁਰਜੀਤ ਕਰ ਦਿੱਤਾ ਦਿਲਜੀਤ ਦੋਸਾਂਝ ਨੇ, ਜਿਨ੍ਹਾਂ ਦੀ ਕਿ ਨੈੱਟਫਲਿਕਸ 'ਤੇ ਫਿਲਮ ਚਮਕੀਲਾ ਰਿਲੀਜ਼ ਹੋਈ ਹੈ। ਸੋ ਤੁਹਾਨੂੰ ਕਿਵੇਂ ਲੱਗੀ ਅਤੇ ਚਮਕੀਲੇ ਬਾਰੇ ਕੀ ਕਹੋਗੇ, ਜ਼ਰੂਰ ਕਮੈਂਟ ਕਰਦੇ ਹਾਂ। ਮਿਲਦੇ ਹਾਂ ਜਲਦ ਕਿਸੇ ਹੋਰ ਖਬਰ ਦੇ ਨਾਲ, ਬਣੇ ਰਹਿਣਾ ਅਨਲਿਮਿਟਿਡ ਗਿਆਨ ਦੇ ਨਾਲ। ਧੰਨਵਾਦ।